ਸ਼ੀਤਲ ਜੀ ਵੀ ਕਹਿੰਦੇ ਕਹਿੰਦੇ ਕਿ ਕੰਮ ਹੀ ਨਹੀਂ ਕਰਨ ਦੇ ਰਹੇ, ਇਹੀ ਕਾਰਨ ਨੇ ਸਾਡੇ ਨੂੰ। ਹੁਣ ਜਿਹੜਾ ਬੰਦਾ ਛੱਡ ਕੇ ਚੱਲ ਜਾਂਦਾ ਕੁਛ ਵੀ ਕਹਿ ਸਕਦਾ, ਉਹਨੂੰ ਪੁੱਛਣਾ ਪਹਿਲਾਂ ਤੁਸੀਂ ਇਸ ਪਾਰਟੀ ਤੋਂ ਲੜਿਆ, ਤੁਹਾਨੂੰ ਪਾਰਟੀ ਨੇ ਇੰਨਾ ਮਾਣ ਦਿੱਤਾ ਜਿਤਾਇਆ, ਉਹਨਾਂ ਨੂੰ ਉਹ 'ਚ ਵਿਚਾਰ ਕਰਨਾ ਚਾਹੀਦਾ ਕੋਈ ਗੱਲ ਕਰਨ ਤੋਂ ਪਹਿਲਾਂ। ਇਲੈਕਸ਼ਨ ਦੇ ਦਿਨਾਂ ਦੇ ਵਿੱਚ ਮੀਟਿੰਗਸ ਹੁੰਦੀਆਂ ਵਰਕਰਸ ਨਾਲ, ਵਲੰਟੀਅਰਸ ਦੇ ਨਾਲ, ਕੌਂਸਲਰ ਦੇ ਨਾਲ, ਬਲੋਕ ਪ੍ਰਧਾਨਾਂ ਦੇ ਨਾਲ, ਸਾਰਿਆਂ ਦੇ ਨਾਲ ਮੀਟਿੰਗ ਹੋ ਰਹੀ ਹੈ। ਸਾਡੇ ਬਹੁਤ ਹੀ ਮਾਣਯੋਗ ਡਾਕਟਰ ਸੰਦੀਪ ਪਾਠਕ ਜੀ, ਜਿਹੜੇ ਰਾਜ ਸਭਾ ਦੇ ਮੈਂਬਰ ਵੀ ਹੈ ਔਰ ਸਾਰੇ ਸੰਗਠਨ ਨੂੰ ਦੇਖਦੇ ਆ, ਉਹਨਾਂ ਨੇ ਸਾਰਿਆਂ ਦੀ ਗੱਲ ਸੁਣੀ ਹੈ ਅੱਜ ਬਹਿ ਕੇ ਧਿਆਨ ਦੇ ਨਾਲ। ਬਸ ਮੈਂ ਕਹਿ ਸਕਦਾ ਵਰਕਰ ਦੇਖ ਰਹੇ ਕਿ ਹਜੇ ਵੀ ਛੱਡ ਕੇ ਜਾ ਰਹੇ ਨੇ, ਕੀ ਕਾਰਨ ਕੀ ਲੱਗਦਾ? ਨਹੀਂ, ਕੋਈ ਵਰਕਰ ਨਹੀਂ ਛੱਡ ਕੇ ਜਾ ਰਿਹਾ, ਵਰਕਰ ਤਾਂ ਬਹੁਤ ਡੈਡੀਕੇਟਡ ਹੈ, ਸਭ ਨੇ ਬੜਾ ਵਿਸ਼ਵਾਸ ਜਿਤਾਇਆ ਕਿ ਅਸੀਂ ਤਨ ਮਨ ਧਨ ਦੇ ਨਾਲ ਕੰਮ ਕਰਨਾ ਚਾਹੁੰਦੇ ਪਾਰਟੀ। ਅਤੇ ਸ਼ੀਤਲ ਜੀ ਵੀ ਕਹਿੰਦੇ ਕਹਿੰਦੇ ਕਿ ਕੰਮ ਹੀ ਨਹੀਂ ਕਰਨ ਦੇ ਰਹੇ, ਇਹੀ ਕਾਰਨ ਨੇ ਸਾਡੇ। ਹੁਣ ਜਿਹੜਾ ਬੰਦਾ ਛੱਡ ਕੇ ਚੱਲ ਜਾਂਦਾ ਕੁਛ ਵੀ ਕਹਿ ਸਕਦਾ, ਉਹਨੂੰ ਪੁੱਛਣਾ ਪਹਿਲਾਂ ਤੁਸੀਂ ਇਸ ਪਾਰਟੀ ਤੋਂ ਲੜਿਆ, ਤੁਹਾਨੂੰ ਪਾਰਟੀ ਨੇ ਇੰਨਾ ਮਾਣ ਦਿੱਤਾ ਜਿਤਾਇਆ, ਉਹਨਾਂ ਨੂੰ ਉਹ 'ਚ ਵਿਚਾਰ ਕਰਨਾ ਚਾਹੀਦਾ ਕੋਈ ਗੱਲ ਕਰਨ ਤੋਂ ਪਹਿਲਾਂ। ਛੱਡ ਕੇ ਜਾ ਰਹੇ ਨੇ ਜਾਂ ਫਿਰ ਜਿਹਨਾਂ ਦੀ ਚਰਚਾ ਚੱਲ ਰਹੀ ਹੈ ਉਹਨਾਂ ਦੇ ਪ੍ਰਤੀ ਗੱਲਬਾਤ ਕੋਈ ਹੈ ਜੀ? ਨਹੀਂ, ਕੋਈ ਗੱਲ ਨਹੀਂ, ਉਹਨਾਂ ਨੇ ਸਭ ਦਾ ਵਿਊ ਪੁਆਇੰਟ ਦੇਖਿਆ, ਮੈਂ ਸੁਣਿਆ ਵੀ ਕਿੱਥੇ ਕਿਹੜੀ ਜਗ੍ਹਾ 'ਤੇ ਕੀ ਤਕਲੀਫ ਹੈ। ਨਹੀਂ, ਫੋਕਸ ਉਹਨਾਂ ਦਾ ਰਿਹਾ ਵੀ ਕੋਈ ਪ੍ਰਸ਼ਾਸਨਿਕ ਕੋਈ ਕਿਸਮ ਦਿੱਕਤ ਹੈ, ਕੋਈ ਕੁਛ ਹੈ, ਉਹ ਤਾਂ ਗੱਲ ਸੁਣੀ ਹੈ ਸਾਰਿਆਂ ਨੇ ਬਹਿ ਕੇ। ਠੀਕ ਹੈ ਜੀ, ਧੰਨਵਾਦ।